ਸੂਬੇ ਦੇ ਵਿੱਚ ਅਕਸਰ ਹੀ ਲੋਕਾਂ ਦੇ ਵੱਲੋਂ ਸਰਕਾਰ ਤੇ ਪ੍ਰਸ਼ਾਸਨ ਦੇ ਖਿਲਾਫ ਕਈ ਸਵਾਲੀਆ ਜਵਾਬ ਚੁੱਕੇ ਜਾਂਦੇ ਨੇ ਕਿ ਸਰਕਾਰ ਦੇ ਵੱਲੋਂ ਸ਼ਹਿਰ ਦੀ ਨੁਹਾਰ ਬਦਲਣ ਦੇ ਲਈ ਕੋਈ ਵੀ ਕਦਮ ਨਹੀਂ ਚੁੱਕੇ ਜਾਂਦੇ ਨੇ। ਹਾਲ ਹੀ ਦੇ ਵਿੱਚ ਬਟਾਲਾ ਦੇ ਵਿੱਚ ਡੀਸੀ ਦੇ ਵੱਲੋਂ ਖੁਦ ਛਾਪੇਮਾਰੀ ਕੀਤੀ ਜਾਂਦੀ ਹੈ ਤੇ ਲੋਕਾਂ ਦੇ ਨਾਲ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਜਾਂਦੀਆਂ ਨੇ। ਡਾਕਟਰ ਹਿਮਾਂਸ਼ੂ ਅਗਰਵਾਲ ਜੋ ਗੁਰਦਾਸਪੁਰ ਦੇ ਡੀਸੀ ਨੇ ਉਹਨਾਂ ਦੇ ਵੱਲੋਂ ਸ਼ਹਿਰ ਦੇ ਵਿੱਚ ਆਮ ਲੋਕਾਂ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਤੇ ਸਵੇਰੇ ਸਵੇਰੇ ਅਚਨਚੇਤ ਛਾਪੇਮਾਰੀ ਕੀਤੀ ਜਾਂਦੀ ਹੈ। ਇਸ ਤੋਂ ਬਾਅਦ ਡੀਸੀ ਨੇ ਪੂਰੇ ਸਫਾਈ ਕਰਮਚਾਰੀਆਂ ਦੇ ਨਾਲ ਗੱਲਬਾਤ ਕੀਤੀ, ਮੀਟਿੰਗ ਕੀਤੀ ਤੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ। ਇਸ ਤੋਂ ਇਲਾਵਾ ਉਹਨਾਂ ਦਾ ਕਹਿਣਾ ਹੈ ਕਿ ਸ਼ਹਿਰ ਦੇ ਵਿੱਚ ਥਾਂ ਥਾਂ ਤੇ ਕੂੜੇ ਦੇ ਢੇਰ ਲੱਗੇ ਨੇ ਜਿਸ ਦੇ ਕਾਰਨ ਲੋਕਾਂ ਨੂੰ ਕਈ ਦਿੱਕਤਾਂ ਪਰੇਸ਼ਾਨੀਆਂ ਆ ਰਹੀਆਂ ਨੇ। ਇਸੇ ਦੇ ਚੱਲਦਿਆਂ ਉਹਨਾਂ ਦੇ ਵੱਲੋਂ ਨਗਰ ਨਿਗਮ ਦੇ ਟੀਮ ਦੇ ਨਾਲ ਮੀਟਿੰਗ ਕੀਤੀ ਗਈ ਤੇ ਸ਼ਹਿਰ ਦੀ ਨੁਹਾਰ ਬਦਲਣ ਦੇ ਲਈ ਕਈ ਉਪਰਾਲੇ ਕਰਨ ਦੇ ਵਾਅਦੇ ਵੀ ਲੋਕਾਂ ਦੇ ਨਾਲ ਕੀਤੇ ਗਏ। ਮੇਰਾ ਵੈਸੇ ਜੀ ਰੂਟੀਨ ਦੌਰਾ ਹੈਗਾ, ਕਾਫੀ ਦਿਨਾਂ ਤੋਂ ਸੀਗਾ ਕਿ ਬਟਾਲੇ ਤੇ ਕਰਾਉਣਾ ਹੈਗਾ ਤੇ SDM ਸਾਹਿਬ ਨੇ ਅੱਜ ਇਨਵਾਈਟ ਕੀਤਾ ਸੀਗਾ ਤੇ ਅੱਜ ਸਵੇਰੇ ਮੈਂ ਆਇਆ ਹਾਂ। ਹੁਣ ਅਸੀਂ ਸਵੇਰੇ ਸਵੇਰੇ ਸਾਫ਼ ਸਫਾਈ ਦੇ ਕੋਆਪਰੇਸ਼ਨ ਦੇ ਕੰਮਾਂ ਦੀ ਇੱਕ ਵਾਰੀ ਦੇਖ ਰੇਖ ਕਰ ਰਹੇ ਹਾਂ। ਉਸ ਤੋਂ ਬਾਅਦ ਜਿਹੜੇ ਬਾਕੀ ਆਫਿਸਰ ਸਾਹਿਬਾਨ ਹੈ ਉਹਨਾਂ ਨਾਲ ਵੀ ਸਾਡੀ ਮੁਲਾਕਾਤ ਹੋਣੀ ਹੈ। ਹੋਰ ਜਿਹੜੇ ਇੰਪੋਰਟੈਂਟ ਸਾਡੇ ਬਟਾਲੇ ਸ਼ਹਿਰ ਦੇ ਵਿੱਚ ਜਿਹੜੇ ਪੁਆਇੰਟਸ ਨੇ ਉਹ ਅਸੀਂ ਦੇਖਣ ਜਾਵਾਂਗੇ ਦਿਨ ਦੇ ਵੇਲੇ ਅਤੇ ਸ਼ਾਮ ਨੂੰ ਵੀ ਇੱਕ ਅਸੀਂ ਮੀਟਿੰਗ ਲੋਕਲ ਲੋਕਾਂ ਨਾਲ ਇੰਡਸਟਰੀਜ਼ ਨਾਲ ਰੱਖੀ ਹੋਈ ਹੈ। ਸੋ ਦੇਖ ਰਹੇ ਹਾਂ ਕੀ ਹੈ, ਕੀ ਸਮੱਸਿਆਵਾਂ ਨੇ, ਕਿਹੜੀ ਸਾਡੇ ਪੱਧਰ 'ਤੇ ਹੱਲ ਹੋ ਸਕਦੀਆਂ, ਕਿਹੜੀ ਅਸੀਂ ਸਰਕਾਰ ਨੂੰ ਭੇਜਾਂਗੇ ਅਤੇ ਜੋ ਵੀ ਇਹਦੇ ਵਿੱਚ ਵਿਕਾਸ ਕਾਰਜਾਂ 'ਚ ਕੋਈ ਕਮੀ ਪੇਸ਼ੀ ਹੈ ਜਾਂ ਕੋਈ ਹੋਰ ਨਵੇਂ ਕਰਵਾਉਣੇ ਉਹਦਾ ਅਸੀਂ ਇੱਕ ਵਾਰੀ ਨਿਰੀਖਣ ਕਰ ਰਹੇ ਹਾਂ ਅਤੇ ਫਿਰ ਪ੍ਰੋਜੈਕਟ ਬਣਾ ਕੇ ਗਵਰਨਮੈਂਟ ਨੂੰ। ਬਿਲਕੁਲ ਇਹੀ ਚੀਜ਼ ਮੈਡਮ ਨੇ ਵੀ ਮੈਨੂੰ ਦੱਸੀ ਸੀ, ਇਹ ਕਾਰਪੋਰੇਸ਼ਨ ਕਮਿਸ਼ਨਰ ਵੀ ਨੇ, ਇਹਨਾਂ ਨੇ ਹੀ ਸਾਨੂੰ ਇਹ ਕਿਹਾ ਕਿ ਵੀ ਇੱਥੇ ਸਾਨੂੰ ਜਿਹੜੀ ਸਮੱਸਿਆ ਆ ਰਹੀ ਹੈ। ਸੋ ਜ਼ਿਲ੍ਹੇ ਪੱਧਰ 'ਤੇ ਐਜ਼ ਬਤੌਰ DC ਜੋ ਅਸੀਂ ਕਰ ਸਕਦੇ ਹਾਂ ਅਸੀਂ ਇਹਨਾਂ ਨੂੰ ਪੂਰੀ ਹੈਲਪ ਕਰਾਂਗੇ ਐਂਡ ਜਿੱਥੇ ਜਿੱਥੇ ਸਰਕਾਰ ਪੱਧਰ 'ਤੇ ਰਿਪੋਰਟ ਭੇਜਣ ਦੀ ਗੱਲ ਹੈ, ਉੱਥੋਂ ਫੰਡਸ ਮੰਗਵਾਉਣ ਦੀ ਗੱਲ ਹੈ, MLA ਸਾਹਿਬ ਨਾਲ ਵੀ ਅਸੀਂ ਗੱਲ ਕਰਕੇ ਉਹ ਜਿਹੜੇ ਸਰਕਾਰ ਨੂੰ ਰਿਪੋਰਟ ਭੇਜ ਕੇ ਇਹ ਸਾਰਾ ਅਸੀਂ ਕਰਾਵਾਂਗੇ ਐਂਡ ਕੂੜੇ ਢੇਰ ਲੱਗੇ ਹਾਂ ਬਿਲਕੁਲ ਦੇਖਿਆ, ਅਸੀਂ ਡੰਪ 'ਤੇ ਵੀ ਜਾ ਕੇ ਆਏ ਹਾਂ, ਕਾਫੀ ਕੰਮ ਜਿਹੜਾ ਅਜੇ ਹੋਣ ਵਾਲਾ ਪਰ ਪੂਰੀ ਟੀਮ ਸਾਡੀ ਇੱਥੇ ਬਹੁਤ ਚੰਗੀ ਹੈ ਅਤੇ ਅਸੀਂ ਇਹਨਾਂ ਦੇ ਨਾਲ ਹੀ ਇਹਨਾਂ ਨੂੰ ਗਾਈਡ ਕਰਦੇ ਹੋ, ਇਹਨਾਂ ਨੂੰ ਸਪੋਰਟ ਕਰਦੇ ਹੋ ਬਹੁਤ ਚੰਗੀ ਤਰ੍ਹਾਂ। ਬਿਲਕੁਲ ਜੀ, ਇਹੀ ਗੱਲਾਂ ਕਹਿ ਰਹੇ ਹਾਂ, ਮੇਰੇ ਕੋਲ ਅਸੀਂ ਡਾਇਰੀ 'ਚ ਸਾਰੇ ਪੁਆਇੰਟ ਨੋਟ ਕਰ ਰਹੇ ਨੇ, ਤੁਸੀਂ ਵੀ ਜਿਹੜਾ ਪੁਆਇੰਟ ਹੁਣ ਕਿਹਾ ਇੱਥੇ ਵੀ ਅਸੀਂ ਦੇਖਣ ਆਏ ਹਾਂ। ਸੋ ਕਾਫੀ ਇਸ ਤਰ੍ਹਾਂ ਦੀ ਮੁੱਦੇ ਨੇ ਜਿਹੜੇ ਕਿ 10-15 ਅਸੀਂ ਧਿਆਨ 'ਚ ਨੋਟ ਕਰਾਂਗੇ, ਉਹਨਾਂ 'ਤੇ ਕੰਮ ਕਰਾਂਗੇ ਅਤੇ ਬਹੁਤ ਛੇਤੀ ਇਸ 'ਚ ਤੁਹਾਨੂੰ ਇੰਪਰੂਵਮੈਂਟ ਦੇਖੇ। ਦੇਖੋ ਮੈਂ ਉਹੀ ਕਹਿ ਰਹੇ ਹਾਂ, ਟੀਮ ਹੀ ਲੈ ਕੇ ਆਈਏ ਮੈਨੂੰ ਇੱਥੇ ਕਿ ਇਹ ਬਾਰਾਦਰੀ ਦੇ ਵਿੱਚ ਇਹ ਦਿੱਕਤ ਹੈ, ਇਹ ASI ਪ੍ਰੋਟੈਕਟਿਡ ਸਾਈਟ ਹੈ। ਸੋ ਇਹਦੇ ਵਿੱਚ ਸਾਨੂੰ ASI ਨੂੰ ਵੀ ਕੌਨਫੀਡੈਂਸ 'ਚ ਲੈਣਾ ਪੈਣਾ, ਕੋਈ ਵੀ ਅਸੀਂ ਇੱਥੇ ਕੰਮ ਕਰਾਉਣਾ ਚਾਹੁੰਦੇ ਹਾਂ ਜੇ ਇਹਦਾ ਅਸੀਂ ਕਹੀਏ ਕਿ ਇਹਨੂੰ ਪੁਨਰਜੀਵਿਤ ਕਰਨਾ ਜਾਂ ਇਹਦੀ ਰੈਨੋਵੇਸ਼ਨ ਕਰਾਉਣੀ ਹੈ ਜਾਂ ਬਿਊਟੀਫਿਕੇਸ਼ਨ ਕਰਵਾਉਣੀ ਹੈ, ਸਾਨੂੰ ASI ਨੂੰ ਨਾਲ ਲੈ ਕੇ ਉਹਨਾਂ ਤੋਂ ਪਰਮਿਸ਼ਨਸ ਲੈ ਕੇ ਫਿਰ ਕਰਵਾਉਣਾ ਪੈਣਾ। ਫਿਰ ASI ਅਤੇ ਕਾਰਪੋਰੇਸ਼ਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਮਿਲ ਕੇ ਅਸੀਂ ਇਸ ਨੂੰ ਕੋਸ਼ਿਸ਼ ਕਰਾਂਗੇ ਕਿ ਐਟਲੀਸਟ ਇਹਦੀ ਜਿਹੜੀ ਪੁਰਾਣੀ ਰੌਣਕ ਹੈ, ਪੁਰਾਣੀ ਸੁੰਦਰਤਾ ਉਸਨੂੰ ਵਾਪਸ ਲਿਆਈਏ। ਗੁਰਦਾਸਪੁਰ ਤੋਂ ਵਿੱਕੀ ਮਲਿਕ ਦੀ ਰਿਪੋਰਟ, ਸਕਾਈ ਨਿਊਜ਼ ਪੰਜਾਬ।